ਅਸੀਂ ਤਿੰਨਾਂ ਧੂਤੀਆਂ ਵਾਲੇ ਹਾਰਨ CVZ ਮੋਟਰਸਾਈਕਲ ਤੇ ਲਾਉਣ ਲੱਗੇ ਆ ਜੀ। ਮੋਟਰ ਤਿੰਨ ਧੂਤੀਆਂ ਨਾਲ ਰਿਲੇ ਸਵਿੱਚ ਤੇ ਕੁਝ ਦੇ ਨਾਚਨੇ ਤੇ ਜੁਆਇੰਟ ਆ ਉਹਦੇ ਨਾਲ ਪਾਈਪ ਆ। ਇਹਦੀ ਨੂੰ ਫਿਟਿੰਗ ਦੱਸ ਦੇ ਕਿੱਦਾਂ ਕਰਨੀ ਆ। ਜਿਹੜੀ ਮੋਟਰ ਆ ਆਪਾਂ ਆਹ ਵਾਲਾ ਹਾਰਨ ਲਾ ਕੇ ਮੋਟਰ ਇਸੇ ਪੱਤੀ ਉੱਪਰ ਮੋਟਰ ਫਿੱਟ ਕਰਨੀ ਆ, ਤੁਹਾਨੂੰ ਦੱਸਦੇ ਹਾਂ ਕਿਸ ਤਰੀਕੇ ਨਾਲ ਕਰਨੀ ਆ। ਪਹਿਲਾਂ ਆਪਾਂ ਇਹਨੂੰ ਖੋਲ੍ਹ ਲਵਾਂਗੇ। ਮੋਟਰ ਫਿੱਟ ਹੋ ਗਈ ਆ, ਹੁਣ ਵਾਰੀ ਆ ਪਾਈਪਾਂ ਦੀ ਫਿਟਿੰਗ ਅਤੇ ਧੂਤੀਆਂ ਦੀ, ਉਹ ਕਰਦੇ ਹਾਂ। ਜੋ ਕਿ ਸਭ ਤੋਂ ਲੰਮੀ ਧੂਤੀ ਆ ਉਸ ਨੂੰ ਆਪਾਂ ਪਹਿਲੇ ਨੰਬਰ 'ਤੇ ਫਿੱਟ ਕਰਾਂਗੇ। ਇਸ ਤਰ੍ਹਾਂ ਤਿੰਨੇ ਹੀ ਇੱਥੇ ਸੈੱਟ ਆ ਜਾਣੀਆਂ ਨੇ, ਸੋ ਇਹਦੀ ਫਿਟਿੰਗ ਕਰਕੇ ਤੁਹਾਨੂੰ ਫਿਰ ਪਾਈਪਾਂ ਲਗਾ ਦੇਣ ਦੱਸਦੇ ਹਾਂ। ਲਓ ਜੀ, ਇਸ ਤਰ੍ਹਾਂ ਧੂਤੀਆਂ ਫਿੱਟ ਕੀਤੀਆਂ ਵਾ, ਹੁਣ ਇਹਦੀ ਵਾਇਰਿੰਗ ਕਰਦੇ ਹਾਂ। ਆ ਜੀ ਇਹਦੀ ਨੈਗੇਟਿਵ, ਨੈਗੇਟਿਵ ਇੱਥੋਂ ਨੂੰ ਨੈਗੇਟਿਵ ਦੇ ਕੇ ਉੱਤੇ ਦੇ ਕੇ ਬੋਡੀ ਨਾਲ ਦੇ ਤਾ ਇਹਨੂੰ, ਅਤੇ ਆਹ ਪੋਜ਼ੀਟਿਵ ਆ। ਤਾਰਾਂ ਮੇਰੇ ਕੋਲ ਹੈ ਨਹੀਂ ਸੀਗੀਆਂ ਹੋਰ, ਮੈਂ ਇਸ ਕਰਕੇ ਹਰੀ ਲਾਤੀ ਆ। ਆਹ ਪੋਜ਼ੀਟਿਵ ਇੱਥੇ ਸੁੱਚ ਲਾ ਲਾਂਗੇ, ਦੂਜਾ ਆਹ ਸੁੱਚ ਲਗਾ ਕੇ ਬਾਕੀ ਤੁਹਾਨੂੰ ਦੱਸ ਦਿੰਦਾ। ਜਿਵੇਂ ਕਿ ਤੁਹਾਨੂੰ ਦੱਸਿਆ ਸੀ ਥੱਲਿਓ ਨੈਗੇਟਿਵ ਦੇ ਕੇ ਉੱਪਰੋਂ ਦੇ ਕੇ ਉਹਨੂੰ ਬੋਡੀ ਤੋਂ ਦੇ ਦੇਣੀ ਨੈਗੇਟਿਵ, ਇਸ ਤਰ੍ਹਾਂ ਪੋਜ਼ੀਟਿਵ ਦੀਆਂ ਦੋ ਤਾਰਾਂ ਜਾਣਗੀਆਂ, ਇੱਕ ਨਾਲ ਸਵਿੱਚ ਲੱਗੇਗਾ, ਇੱਕ ਅਰਲੇ ਨਾਲ ਸਿੱਧੀ ਲੱਗੇਗੀ। ਸਵਿੱਚ ਨਾਲ ਇਹ ਕਿ ਇੱਕ ਟ੍ਰੇਨ ਹੋਰਨ ਦੀ ਆਵਾਜ਼ ਨਿਕਲੂਗੀ, ਸਵਿੱਚ ਬੰਦ ਕਰਨ 'ਤੇ ਤਿੰਨ ਧੁੱਤੀਆਂ ਅੱਡ ਅੱਡ ਵੱਜਣਗੀਆਂ। ਬਾਕੀ ਤੁਹਾਨੂੰ ਫਿੱਟ ਕਰਕੇ ਦੱਸਦੇ ਹਾਂ ਜੀ। ਫਿੱਟ ਕਰਤਾ ਸਵਿੱਚ ਜੀ, ਅਰਲੇ ਨੂੰ ਨਹੀਂ ਛੇੜਿਆ, ਅਰਲੇ ਪਹਿਲਾਂ ਹੀ ਲੱਗੀ ਹੋਈ ਸੀ। ਹੁਣ ਤੁਹਾਨੂੰ ਆਵਾਜ਼ ਚੈੱਕ ਕਰਾਉਂਦੇ ਹਾਂ ਜੀ। ਆ ਹੋ ਗਈ ਟ੍ਰੇਨ ਦੀ ਆਵਾਜ਼, ਸਵਿੱਚ ਨੂੰ ਬੰਦ ਕਰਦੇ ਹਾਂ ਤਾਂ